ਸਸਿਕਾਲ ਜੀ ਮੈਂ ਖੁਸ਼ਬੂ ਬਾਂਸਲ ਗ੍ਰੀਨ ਪੰਜਾਬ ਆਰਗੇਨਾਈਜੇਸ਼ਨ ਤੋਂ ਅੱਜ ਅਸੀਂ ਇੱਥੇ 14 ਨਵੰਬਰ ਵਾਲੇ ਦਿਨ ਬੱਚਿਆਂ ਨਾਲ ਚਿਲਡਰਨ ਡੇ ਮਨਾਉਣ ਬਾਲ ਘਰ ਵਿੱਚ ਆਏ ਹਾਂ ਅਤੇ ਸਾਡੀ ਬਹੁਤ ਖੁਸ਼ਕਿਸਮਤੀ ਹੈ ਕਿ ਸਾਨੂੰ ਰੱਬ ਨੇ ਇਹ ਮੌਕਾ ਦਿੱਤਾ ਕਿਉਂਕਿ ਇਹ ਬੱਚੇ ਆ ਜਿਹੜੇ ਇਹਨਾਂ ਨੂੰ ਪਿਆਰ ਦੀ ਬਹੁਤ ਜ਼ਿਆਦਾ ਲੋੜ ਹੈ ਕਿਉਂਕਿ ਇਹ ਸਿਰਫ ਪਿਆਰ ਦੇ ਹੀ ਭੁੱਖੇ ਨੇ। ਮੈਂ ਸਭ ਨੂੰ ਕਹੂੰਗੀ ਕਿ ਥੋੜ੍ਹਾ ਹੀ ਆਪਣੇ ਕੀਮਤੀ ਸਮੇਂ 'ਚੋਂ ਸਮੇਂ ਨਿਕਾਲੋ ਅਤੇ ਇਹਨਾਂ ਨਾਲ ਟਾਈਮ ਸਪੈਂਡ ਕਰੋ। ਅਤੇ ਮੈਂ ਸਪੈਸ਼ਲ ਧੰਨਵਾਦੀ ਹਾਂ DC ਸਰ ਜੀ ਜਿਨ੍ਹਾਂ ਨੇ ਆ ਕੇ ਇਹਨਾਂ ਬੱਚਿਆਂ ਦਾ ਹੌਸਲਾ ਅਫਜ਼ਾਈ ਕੀਤੀ ਅਤੇ ਸਾਡਾ ਮਾਣ ਵਧਾਇਆ। ਅਸੀਂ ਪੰਡਿਤ ਨਹਿਰੂ ਜੀ ਦਾ ਜਨਮ ਦਿਨ ਹੈਗਾ, ਉਸ ਨੂੰ ਬਾਲ ਦਿਵਸ ਦੇ ਤੌਰ 'ਤੇ ਮਨਾਇਆ ਜਾਂਦਾ ਪੂਰੇ ਭਾਰਤ ਦੇ ਵਿੱਚ। ਪੰਜਾਬ ਸਰਕਾਰ ਨੇ ਵੀ ਅੱਜ ਤੁਸੀਂ ਦੇਖਿਆ ਹੋਣਾ ਕਿ ਸਪੈਸ਼ਲ ਇਸ ਦਿਵਸ ਨੂੰ ਜਿਹੜਾ ਹੈਗਾ ਚਿੰਨ੍ਹਿਤ ਕੀਤਾ ਗਿਆ ਹੈਗਾ। ਅੱਜ ਇੱਥੇ ਰੈੱਡ ਕ੍ਰੋਸ ਵੱਲੋਂ ਜਿਹੜਾ ਬਾਲ ਭਵਨ ਚੱਲ ਰਿਹਾ ਸਰਾਭਾ ਨਗਰ 'ਚ, ਔਰ ਗ੍ਰੀਨ ਪੰਜਾਬ ਆਰਗੇਨਾਈਜੇਸ਼ਨ ਜਿਹੜੀ ਹੈਗੀ ਹੈ ਇਸ ਸੰਸਥਾ ਵੱਲੋਂ ਜਿਹੜੇ ਬੱਚੇ ਹੈ ਉਹਨਾਂ ਨੂੰ ਐਜ਼ ਏ ਟੋਕਨ ਆਫ ਲਵ ਦੇ ਕੇ ਜਿਹੜਾ ਹੈਗਾ ਸਨਮਾਨਿਤ ਕੀਤਾ ਗਿਆ। ਔਰ ਬਾਲ ਦਿਵਸ ਦੀ ਮੈਂ ਸਾਰੇ ਬੱਚਿਆਂ ਨੂੰ ਬਹੁਤ ਬਹੁਤ ਵਧਾਈ ਦਿੰਦਾ। ਪਿਛਲੇ 2 ਸਾਲ ਬੱਚਿਆਂ ਲਈ ਬੜੇ ਔਖੇ ਰਹੇ ਆ, ਘਰਾਂ 'ਚ ਲਗਾਤਾਰ ਰਹਿਣ ਕਰਕੇ, ਔਨਲਾਈਨ ਪੜ੍ਹਨ ਕਰਕੇ ਬਹੁਤ ਸਾਰੀਆਂ ਜਿਹੜੀਆਂ ਅਪਬ੍ਰਿੰਗਿੰਗ ਦੀਆਂ ਸਮੱਸਿਆਵਾਂ ਆਈਆਂ ਨੇ। ਹੁਣ ਮੈਨੂੰ ਇਹ ਉਮੀਦ ਹੈ ਕਿ ਪਰਮਾਤਮਾ ਦੀ ਕਿਰਪਾ ਦੇ ਨਾਲ ਐਵਰੀਥਿੰਗ ਵਿਲ ਬੀ ਨੋਰਮਲ, ਔਰ ਨੋਰਮਲ ਸਕੂਲ ਕਾਲਜ ਜਦੋਂ ਲੱਗਣਗੇ ਤਾਂ ਬੱਚਿਆਂ ਦਾ ਵਿਕਾਸ ਹੋਏਗਾ। ਕਿਉਂਕਿ ਬੱਚਿਆਂ ਦਾ ਵਿਕਾਸ ਇਕੱਲਾ ਕਿਤਾਬਾਂ ਜਾਂ ਗਿਆਨ ਨਹੀਂ, ਉਹ ਆਪਸ 'ਚ ਖੇਡਦੇ ਹੈ ਔਰ ਜਦੋਂ ਇੱਕ ਦੂਜੇ ਨਾਲ ਇੰਟਰੈਕਟ ਕਰਦੇ ਆ ਤਾਂ ਪੀਅਰ ਲਰਨਿੰਗ ਦਾ ਜਿਹੜਾ ਕੋਨਸੈਪਟ ਹੈ ਇੱਕ ਦੂਜੇ ਤੋਂ ਸਿੱਖਣ ਦਾ ਬਹੁਤ ਵੱਡਾ ਕੋਨਸੈਪਟ ਆ। ਔਰ ਇਸ ਵਾਰ ਆਪਾਂ ਬਾਲ ਦਿਵਸ 'ਤੇ ਹੋਰ ਬੱਚਿਆਂ ਦੇ ਅਧਿਕਾਰਾਂ ਵਾਸਤੇ ਚੇਤਨ ਹੋ ਕੇ ਕੰਮ ਕਰਨ ਦਾ ਅਹਿਦ ਲਈਏ।